ਹਾਂਜੀ ਆਪਣਾ ਨਾਮ ਦੱਸ ਕੇ ਤੇ ਪਾਰਟੀ ਦਾ। ਮੇਰਾ ਨਾਮ ਦਵਿੰਦਰ ਸਿੰਘ ਚਾਟੀ ਪਿੰਡ, ਮੈਂ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਹਾਂ ਜ਼ਿਲ੍ਹਾ ਅੰਮ੍ਰਿਤਸਰ ਤੋਂ। ਅੱਜ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਭਾਰਤ ਨੂੰ ਦਿੱਤਾ ਹੋਇਆ ਪ੍ਰੋਗਰਾਮ ਕਿ ਵੱਖ ਵੱਖ ਤਰੀਕੇ ਨਾਲ BJP ਦਾ ਜਿਹੜਾ ਵਿਰੋਧ ਕਰਨਾ, ਉਸ ਵਿਰੋਧ ਦੇ ਤਹਿਤ ਅਸੀਂ ਚੁਣਿਆ। ਅਸੀਂ ਮੋਦੀ ਸਰਕਾਰ ਦਾ ਪੁਤਲਾ ਜਿਹੜਾ ਵਾ ਮੋਟਰਸਾਈਕਲ ਦੇ ਮਗਰ ਪਾ ਕੇ ਪੂਰੇ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ, ਹਾਲ ਬਾਜ਼ਾਰ, ਵੱਖ ਵੱਖ ਚੌਂਕਾਂ ਤੋਂ, ਗਰਵਾਲੀ ਗੇਟ ਜਾਂ ਭਗਤਾਲੇ ਜਾਂ ਸ਼ਹੀਦਾਂ ਸਾਹਿਬ ਤੋਂ ਹੁੰਦੇ ਹੋਏ, ਹੁਣ ਅਸੀਂ ਹਾਲ ਬਾਜ਼ਾਰ ਤੋਂ ਹੁੰਦੇ ਹੋਏ ਅਸੀਂ ਇਹਦਾ ਜਲੂਸ ਕੱਢਦੇ ਹੋਏ ਅਸੀਂ ਨਿੱਜਰਪੁਰਾ ਟੋਲ ਪਲਾਜ਼ੇ 'ਤੇ ਜਾ ਕੇ ਇਹਨੂੰ ਅਗਨੀ ਭੇਟ ਕਰਾਂਗੇ, ਇਹਦਾ ਸੰਸਕਾਰ ਕਰਾਂਗੇ, ਕਿਉਂਕਿ ਇਹ BJP ਸਰਕਾਰ ਕਿਸਾਨਾਂ ਨੂੰ ਠੰਡ ਦੇ ਵਿੱਚ, ਮੀਂਹ ਦੇ ਵਿੱਚ, ਦਿੱਲੀ ਮੋਰਚੇ 'ਤੇ ਜਿਹੜੇ ਸਾਡੇ ਭਰਾ ਡਟੇ ਹੋਏ ਆ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ, ਗੱਲਬਾਤ ਦੇ ਰਾਹੀਂ ਇਹ ਕਿਸਾਨਾਂ ਨੂੰ ਟਾਲਣਾ ਚਾਹੁੰਦੀ ਆ, ਕਿਸਾਨਾਂ ਦਾ ਸਿਦਕ ਪਰਖਣਾ ਚਾਹੁੰਦੀ ਆ। ਇਸ ਤਹਿਤ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜਿੰਨਾ ਲੇਟ ਕਰੋਗੇ ਉਹਨਾਂ ਸੰਘਰਸ਼ ਤੇਜ਼ ਕਰਾਂਗੇ, ਜਿੰਨਾ ਤੁਸੀਂ ਲਾਰੇ ਲਾਓਗੇ ਉਹਨਾਂ ਅਸੀਂ ਤਿੱਖਾ ਕਰਾਂਗੇ, ਅਸੀਂ ਉਹਨਾਂ ਚਿਰ ਤੱਕ ਇਹ ਸੰਘਰਸ਼ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਮੋਦੀ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ, ਲਗਾਤਾਰ ਜਾਰੀ ਰਹੂਗਾ ਜੀ। ਮੀਟਿੰਗਾਂ ਕਈ ਨਿਕਲ ਰਹੀਆਂ, ਮੀਟਿੰਗਾਂ 'ਚ ਸਿੱਟਾ ਕਿਉਂ ਨਹੀਂ ਨਿਕਲ ਰਿਹਾ ਜੀ? ਕਰਨਾ ਨਹੀਂ ਚਾਹੁੰਦੀ BJP ਸਰਕਾਰ ਦੀ ਨੀਅਤ ਔਰ ਨੀਤੀ ਦੇ ਵਿੱਚ ਫਰਕ ਆ ਉਹ, ਕਿਉਂਕਿ ਉਹ ਅਡਾਨੀਆਂ ਅਬਾਨੀਆਂ ਨੂੰ ਪੂਰੇ ਭਾਰਤ ਦਾ, ਪੂਰੀ ਜ਼ਮੀਨ, ਪੂਰਾ ਛੋਟਾ ਵਪਾਰ, ਦੁਕਾਨਦਾਰ ਜਾਂ ਛੋਟੀ ਇੰਡਸਟਰੀ, ਇਹਨੂੰ ਤਬਾਹ ਕਰਕੇ ਇਹ ਅਡਾਨੀਆਂ ਅਤੇ ਅਬਾਨੀਆਂ ਦੇ ਦਲਾਲ ਹੋਣ ਦੇ ਨਾਤੇ ਇਹ ਉਹਨਾਂ ਨੂੰ ਦੇਣਾ ਚਾਹੁੰਦੇ ਆ, ਕਿਉਂਕਿ ਇਹਨਾਂ ਨੇ ਫੰਡਿੰਗ ਲਈ ਹੋਈ ਆ, ਇਹਨਾਂ ਨੇ ਇਲੈਕਸ਼ਨ ਵਿੱਚ ਅਬਾਨੀਆਂ ਅਡਾਨੀਆਂ ਕੋਲ ਰੁਪਈਏ ਲਏ ਹੋਏ ਆ, ਇਸ ਕਰਕੇ ਵਾਅਦਾ ਕੀਤਾ ਆ ਵੀ ਤੁਹਾਨੂੰ ਅਸੀਂ ਭਾਰਤ ਦੀ ਵਾਗਡੋਰ ਦੇਵਾਂਗੇ, ਉਹਦੇ ਤਹਿਤ ਇਹ ਕੰਮ ਕਰ ਰਹੇ ਆ, ਉਹਦੇ ਤਹਿਤ ਇਹ ਕਾਨੂੰਨ ਕਾਲੇ ਲਿਆ ਰਹੇ ਆ। ਖੇਤੀਬਾੜੀ ਅਫਸਰ ਦਾ ਕਹਿਣਾ ਕਿ ਬਹਿ ਕੇ ਸਮਝੌਤਾ ਹੋ ਸਕਦਾ, ਕਿਸਾਨ ਕੋਲ ਬੈਠ ਰਹੇ, ਕਿਸਾਨ ਬੈਠ ਰਿਹਾ ਲਗਾਤਾਰ ਬੈਠੇ, ਪਰ ਇਹਨਾਂ ਲਾਰਾ ਲੱਪਾ ਲਾ ਕੇ ਇਹਨਾਂ ਨੇ ਉਹਨੂੰ ਤਲਕਾਉਣ ਦੀ ਕੋਸ਼ਿਸ਼ ਕੀਤੀ ਆ, ਇਹ ਹੱਲ ਕਰਨਾ ਨਹੀਂ ਚਾਹੁੰਦੇ, ਇਹ ਖਰਾਬ ਕਰਨਾ ਚਾਹੁੰਦੇ ਆ, ਹੱਲ ਨਹੀਂ ਕਰਨਾ ਚਾਹੁੰਦੇ। ਜਿੱਦਣ ਹੱਲ ਕਰਨਾ ਚਾਹੁੰਗੇ ਅਸੀਂ ਸਾਰੇ ਕਿਸਾਨ ਜਥੇਬੰਦੀਆਂ ਬੈਠ ਕੇ ਹੱਲ ਕਰ ਲਾਂਗੇ ਜਿੱਦਣ ਇਹਦੀ ਨੀਤੀ ਹੋਊ। 14 ਤਰੀਕ ਨੂੰ ਅਸੀਂ ਜ਼ਿਲ੍ਹਾ ਹੈੱਡਕੁਆਟਰਾਂ 'ਤੇ, DC ਦਫ਼ਤਰ ਜਾਂ SDM ਦਫ਼ਤਰ, ਅਸੀਂ ਉੱਥੇ ਉਹਨਾਂ ਦੇ ਮੰਗ ਪੱਤਰ ਦੇਵਾਂਗੇ ਔਰ ਇਹ ਦੱਸਾਂਗੇ ਵੀ BJP ਸਰਕਾਰ ਸਾਡੇ ਕਿਸਾਨਾਂ ਦੀ ਸੁਣਵਾਈ ਕਰੇ ਔਰ ਛੇਤੀ ਤੋਂ ਛੇਤੀ ਜਿਹੜਾ ਵਾ ਇਹ ਸਾਡੇ ਕਿਸਾਨਾਂ ਨਾਲ ਗੱਲਬਾਤ ਕਰਕੇ ਇਹਦਾ ਹੱਲ ਕੱਢਿਆ ਜਾਵੇ।